ਸੁਮਿਤ ਅੱਜ ਲੈ ਕੇ ਆਇਆ ਹਾਂ ਮੇਲਾ ਰਾਮ ਜਾਂਦੀ ਵਾਲੇ ਦੋਸਤੋ ਅੱਜ ਅਸੀਂ ਜਾਂਦੀ ਵਾਲਿਆਂ ਦੇ ਵਾਟਰਪ੍ਰੂਫ ਸਰਵਿਸ ਕਰਨ ਆਏ ਸੀਗੇ ਮੇਲਾ ਰਾਮ ਜਾਂਦੀ ਵਾਲੇ ਨੇ ਮੰਦਰਾਂ ਦਾ ਮੈਟੀਰੀਅਲ ਤਿਆਰ ਕਰਦੇ ਨੇ ਦੋਸਤੋ ਇਹ ਸਰਾਫਾ ਬਾਜ਼ਾਰ ਦੇ ਵਿੱਚ ਹੈ ਇਹਨਾਂ ਦਾ ਐਡਰੈਸ ਇਹ ਹਰ ਤਰੀਕੇ ਦਾ ਮਾਡਲ ਤਿਆਰ ਕਰ ਦਿੰਦੇ ਨੇ ਜਿੱਦਾਂ ਦਾ ਵੀ ਤੁਸੀਂ ਮਾਡਲ ਤਿਆਰ ਕਰਨਾ ਚਾਹੁੰਦੇ ਦੋਸਤੋ ਤੁਸੀਂ ਇਹਨਾਂ ਦੇ ਸੈਂਪਲ ਦੇਖ ਹੀ ਰਹੇ ਹੋ ਭੋਲੇਨਾਥ ਜਿਨ੍ਹਾਂ ਕਰਕੇ ਮੈਂ ਵੀਡੀਓ ਨੂੰ ਸ਼ੂਟ ਕੀਤਾ ਦੇਖੋ ਭੋਲੇਨਾਥ 'ਤੇ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਚਾਂਦੀ ਦਾ ਪਿਓਰ ਚਾਂਦੀ ਦਾ 100% ਦਾ ਨਾਗ ਹੈ ਭੋਲੇਨਾਥ ਦੀ ਮੂਰਤੀ ਹੈ 100% ਦੀ ਹੈ ਤੁਸੀਂ ਜੱਗ ਦੇਖ ਰਹੇ ਹੋ ਇਹ ਵੀ 100% ਹੈ ਦੋਸਤੋ ਪਾਣੀ ਪੀਣ ਵਾਸਤੇ ਦੁੱਧ ਪੀਣ ਵਾਸਤੇ ਦੋਸਤੋ ਆ ਗਲਾਸ ਹੈ ਇਹਨੇ ਵਿਵੇਕ ਜੀ ਨੇ ਇੱਥੋਂ ਦੇ ਓਰਨਰ ਨੇ ਇਹ ਸਾਰੀ ਕਾਰਾਗਰੀ ਇਹਨਾਂ ਦੇ ਦੇਖ ਰੇਖ 'ਚ ਹੁੰਦੀ ਹੈ ਇਹਨਾਂ ਕੋਲ ਬੰਗਾਲੀ ਟੋਟਲ ਇਹਨਾਂ ਕੋਲ ਬੰਗਾਲੀ ਕਾਰੀਗਰ ਨੇ ਉਹ ਜਿਹੜੀ ਜਿਨ੍ਹਾਂ ਦੀ ਹੱਥ ਦੀ ਸਫਾਈ ਇੰਨੀ ਯੂਨੀਕ ਹੈ ਤੁਸੀਂ ਦੋਸਤੋ ਇਹਨਾਂ ਦੇ ਫਾਰਮੂਲੇ ਦੇਖ ਕੇ ਹੈਰਾਨ ਰਹਿ ਜਾਓਗੇ ਅਤੇ ਇਹਨਾਂ ਦੀ ਭੋਲੇਨਾਥ ਦੀ ਮੂਰਤੀ ਬਣਾਈ ਮੇਰਾ ਦਿਲ ਕੀਤਾ ਮੈਂ ਕਿਹਾ ਚਲੋ ਅੱਜ ਸ਼ੂਟ ਕਰਦੇ ਇਹਨਾਂ 'ਤੇ ਅੱਜ ਸ਼ੂਟ ਕਰਦੇ ਹਾਂ ਔਰ ਇਹਨਾਂ ਦੀ ਪੂਰੀ ਵੀਡੀਓ ਸ਼ੂਟ ਕਰਾਂਗੇ ਦੋਸਤੋ ਇਹ ਪੱਤਰੇ ਕੱਟ ਰਹੇ ਹੈ ਇਹ ਬੰਗਾਲੀ ਕਾਰੀਗਰ ਨੇ ਇਹਨਾਂ ਪੱਤਰੇ ਕੱਟ ਰਹੇ ਹੈ ਇਹ ਪੱਤਰੇ ਕੱਟ ਕੇ ਇਹਨਾਂ ਦਾ ਗਲਾਸ ਜੱਗ ਅਦਰਵਾਈਜ਼ ਇਹਨਾਂ ਦਾ ਕਾਫੀ ਕੰਮ ਮੁਕਟ ਵਗੈਰਾ ਦੇ ਵਿੱਚ ਕੰਮ ਆਉਂਦਾ ਦੋਸਤੋ ਇਹਨਾਂ ਕੋਲ ਥੋਕ ਚਾਂਦੀ ਦਾ ਇਹਨਾਂ ਦਾ ਕੰਮ ਹੈ ਤੁਸੀਂ ਕਦੇ ਵੀ ਕੋਈ ਆਈਟਮ ਤਿਆਰ ਕਰਵਾਉਣੀ ਹੋਵੇ ਜਾਂ ਕੁਛ ਵੀ ਹੋਵੇ ਦੋਸਤੋ ਤੁਸੀਂ ਮੇਲਾ ਰਾਮ ਚਾਂਦੀ ਵਾਲੇ ਤੁਸੀਂ ਸ਼ੁੱਧ ਚਾਂਦੀ ਵਾਲੇ ਇਹਨਾਂ 'ਤੇ ਤੁਸੀਂ ਜਾ ਸਕਦੇ ਹੋ ਬਹੁਤ ਹੀ ਨਾਈਸ ਪਰਸਨ ਨੇ ਇਹਨਾਂ ਦੇ ਜਿਹੜੇ ਓਨਰ ਹੈ ਕਿਸੇ ਤਰੀਕੇ ਦਾ ਵੀ ਚਾਂਦੀ ਦਾ ਤੁਸੀਂ ਮਟੀਰੀਅਲ ਤਿਆਰ ਕਰਵਾ ਸਕਦੇ ਹੋ ਦੋਸਤੋ ਜਿੱਦਾਂ ਬ੍ਰਿਸਲੇਟ ਵਗੈਰਾ ਹੋਵੇ ਚਾਂਦੀ ਦੇ ਗਲਾਸ ਹੋਵੇ ਭਾਂਡੇ ਹੋਵੇ ਦੋਸਤੋ ਚਮਚੇ ਹੋਵੇ ਇੱਦਾਂ ਦੀਆਂ ਆਈਟਮਾਂ ਕਾਫੀ ਇਹ ਤਿਆਰ ਕਰਦੇ ਨੇ ਖਾਸ ਕਰਕੇ ਮੰਦਰ ਦਾ ਜਿੰਨਾ ਮਟੀਰੀਅਲ ਹੈ ਮੁਕਟ ਵਗੈਰਾ ਹੋਵੇ ਭੋਲੇਨਾਥ ਦੇ ਹੋਵੇ ਇਹ ਦੋਸਤ ਨੇ ਇਹ ਸਾਰਾ ਬੰਗਾਲੀ ਦਾ ਕੰਮ ਕਰਦੇ ਨੇ ਬੰਗਾਲ ਤੋਂ ਆਏ ਨੇ ਦੋਸਤੋ ਇਹਨਾਂ ਦੇ ਹੱਥ ਦੀ ਸਫਾਈ ਬਹੁਤ ਹੈ ਇਸ ਕਰਕੇ ਕਹਿੰਦੇ ਹਮੇਸ਼ਾ ਬੰਗਾਲੀ ਕੋਲੋਂ ਹੀ ਸੋਨਾ ਬਣਵਾਉਣਾ ਚਾਹੁੰਦਾ ਕਿਉਂਕਿ ਇਹਨਾਂ ਦਾ ਹੱਥ ਬਹੁਤ ਸਾਫ਼ ਹੁੰਦਾ ਹੈ ਦੋਸਤੋ ਹੁਣ ਦੇਖੋ ਚਾਂਦੀ ਦੀ ਕਟਿੰਗ ਕਰ ਰਹੇ ਆ ਹੁਣ ਪੱਤਰਿਆਂ ਦੀ ਪੂਰੀ ਕਟਿੰਗ ਹੋਏਗੀ ਦੋਸਤੋ ਇਹ ਕਟਿੰਗ ਦੇਖੋ ਕਿੱਦਾਂ ਚੱਲ ਰਹੀ ਹੈ ਇਹਨਾਂ ਨੇ ਕਟਿੰਗ ਕਰਕੇ ਆ ਸਾਰੇ ਇਕੱਲੇ ਇਕੱਲੇ ਪੱਤਰੇ ਘੱਟੋ ਘੱਟ ਹੀ ਪਾਈਆ ਦਾ ਦੋਸਤੋ ਇਹ ਪੱਤਰਾ ਹੋਏਗਾ ਜਿਹੜਾ ਇਹਨਾਂ ਨੇ ਕੱਟੇ ਦੇਖੋ ਦੇਖਣ ਨੂੰ ਛੋਟਾ ਲੱਗਦਾ ਪਰ ਹੈ ਬਹੁਤ ਜ਼ਿਆਦਾ ਇੰਨੀ ਕੀ ਸ਼ੀਟ ਹੋਏਗੀ ਦੋਸਤੋ 2.5 ਕਿਲੋ ਦੀ ਹੋਏਗੀ ਵੇਟ ਦੇ ਮੁਤਾਬਿਕ ਮੈਂ ਨੋਟ ਕੀਤਾ 2.5 ਕਿਲੋ ਦੇ ਕਰੀਬ ਇਹਦੇ ਕੋਲ ਹੋਣਾ ਚਾਹੀਦਾ ਹੈ ਦੋਸਤੋ ਇਹ ਬਹੁਤ ਹੀ ਜ਼ਿਆਦਾ ਯੂਨੀਕ ਕੰਮ ਕਰਦੇ ਨੇ ਦੋਸਤੋ ਕਦੇ ਵੀ ਤੁਸੀਂ ਇੱਧਰ ਸਰਾਫਾ ਬਾਜ਼ਾਰ ਦੇ ਵਿੱਚ ਆਓ ਮੇਲਾ ਰਾਮ ਚਾਂਦੀ ਵਾਲੇ ਦੇ ਜ਼ਰੂਰ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਇਹ ਬਹੁਤ ਅੱਛਾ ਮਟੀਰੀਅਲ ਤਿਆਰ ਕਰਦੇ ਨੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆ ਦੋਸਤੋ ਕਿੱਦਾਂ ਕਟਿੰਗ ਕਰਦੇ ਆ ਔਰ ਕਿੱਦਾਂ ਚਲਾਉਂਦੇ ਨੇ ਇਹਨਾਂ ਦੇ ਸੈਂਪਲ ਦੇਖ ਕੇ ਕਾਫੀ ਮੈਨੂੰ ਹੈਰਾਨਗੇ ਵੀ ਕਿੰਨਾ ਬੈਰੀਕੀ ਦਾ ਕੰਮ ਕਰਦੇ ਨੇ ਦੇਖੋ ਇਹਨਾਂ ਨੇ ਮਟੀਰੀਅਲ ਐਨ ਤੁਹਾਨੂੰ ਕੁਇਕ ਦੇਣਾ ਵਾ ਕੋਈ ਉਹਦੇ ਵਿੱਚ ਉਹ ਨਹੀਂ ਕੋਈ ਵੀ ਇਹਨਾਂ ਨੇ ਕੁਛ ਨਹੀਂ ਇੱਦਾਂ ਦੀ ਪ੍ਰੋਬਲਮ ਕਰਨੀ 100% ਦਾ ਇਹਨਾਂ ਨੇ ਸਮਾਨ ਬਣਾ ਕੇ ਦੇਣਾ ਦੋਸਤੋ ਕਦੇ ਵੀ ਤੁਸੀਂ ਸਰਾਫਾ ਬਾਜ਼ਾਰ ਦੇ ਵਿੱਚ ਆਓ ਮੇਲਾ ਰਾਮ ਚਾਂਦੀ ਵਾਲੇ ਦੇ ਸ਼ੁੱਧ ਚਾਂਦੀ ਵਾਲੇ ਦੇ ਜ਼ਰੂਰ ਇਹਨਾਂ ਦੇ ਗੇੜਾ ਮਾਰੋ ਇਹਨਾਂ ਦੇ ਓਨਰ ਨੇ ਵਿਵੇਕ ਜੀ ਆ ਵਿਵੇਕ ਸੋਨੀ ਇਹਨਾਂ ਦਾ ਨਾਮ ਹੈ ਇਹਨਾਂ ਦੇ ਤੁਸੀਂ ਜਦ ਮਰਜ਼ੀ ਵੀਡੀਓ ਦਿਖਾ ਕੇ ਤੁਸੀਂ ਕੁਛ ਲੈਸ ਲੈ ਸਕਦੇ ਹੋ ਦੋਸਤੋ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਦੋਸਤੋ ਹੋ ਸਕੇ ਤਾਂ ਕਮੈਂਟ ਜ਼ਰੂਰ ਕਰਿਓ ਓਕੇ ਦੋਸਤੋ ਵਾਚਿੰਗ